ਆਉਣ ਵਾਲੇ ਦਿਨਾਂ 'ਚ ਬਜਟ ਆਊਗਾ, ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ। ਤਿੰਨ ਕੰਮ ਕਹਿ ਕੇ ਚਾਰ ਕਰੋਗੇ, ਲੋਕ ਸ਼ਾਬਾਸ਼ੀ ਦੇਣਗੇ ਵੱਧ ਕਰਤੇ, ਚਾਰ ਕਹਿ ਕੇ ਤਿੰਨ ਕਰੋਗੇ ਲੋਕ ਕਹਿਣਗੇ ਕਮੀ ਰਹਿ ਗਈ। ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ। ਸੋ ਹੈਲਥ, ਐਜੂਕੇਸ਼ਨ, ਬਿਜਲੀ, ਅਤੇ ਕੱਲ੍ਹ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ, ਕੱਲ੍ਹ ਨੂੰ ਸਾਡੇ ਸਕੂਲ ਆਫ ਐਮੀਨੈਂਸ ਦਾ ਵੀ ਉਦਘਾਟਨ ਹੈ। ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ 'ਚ ਵੀ ਨਹੀਂ ਸ਼ਾਇਦ ਇੱਦਾਂ ਦਾ ਹੋਣਾ ਕਿ ਜਿਹਦੇ ਵਿੱਚ ਸਵਿਮਿੰਗ ਪੂਲ ਹੈ, ਔਰ ਉਹ ਸਵਿਮਿੰਗ ਪੂਲ ਇਕੱਲਾ ਨਹਾਉਣ ਵਾਸਤੇ ਜਾਂ ਫਨ ਵਾਸਤੇ ਨਹੀਂ, ਉਹ ਸਵਿਮਿੰਗ ਦੀਆਂ ਕਲਾਸਾਂ ਲਾਉਣ ਵਾਸਤੇ ਕੁਝ ਲੇਨਸ ਬਣਾਈਆਂ ਗਈਆਂ ਨੇ। ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ, ਉਹ ਤਾਂ ਹੋਣਗੇ ਜੇ ਪਬਲਿਕ ਸਾਡੇ 'ਤੇ ਵਿਸ਼ਵਾਸ ਕਰ ਰਹੀ ਹੈ, ਅਸੀਂ ਤਾਂ ਕਰ ਰਹੇ ਹਾਂ। ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆਂ ਕਿ ਵੇਰਕਾ ਜਿਹੜਾ ਸਾਡਾ ਦੁੱਧ ਹੈ ਜਾਂ ਵੇਰਕਾ ਦਾ ਘਿਓ, ਵੇਰਕਾ ਦੀਆਂ ਪਿੰਨੀਆਂ, ਵੇਰਕਾ ਦੀ ਖੀਰ, ਵੇਰਕਾ ਦਾ ਪਨੀਰ, ਹੁਣ ਦਿੱਲੀ ਦੇ ਵਿੱਚ 125 ਤੋਂ ਵੱਧ ਵੇਰਕਾ ਦੇ ਜਿਹੜੇ ਉਹ ਖੁੱਲ੍ਹਣਗੇ, ਜਿਹੜੇ ਵੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲ੍ਹਣਗੇ। ਕੋਈ ਵੀ ਦਵਾਈ ਪੰਜਾਬ ਦੇ ਵਿੱਚ ਸਿਵਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ, ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ। ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹੋਸਪਿਟਲ 'ਚ ਹੈ ਨਹੀਂ ਸਟੋਰ 'ਚ, ਤਾਂ ਡਾਕਟਰ ਲੈ ਕੇ ਆਊਗਾ, ਮਰੀਜ਼ ਨਹੀਂ ਜਾਊਗਾ ਬਾਹਰ। ਜੇ ਕਿਸੇ ਹੋਸਪਿਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਊਂਡ ਦੀ, ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਈਅਪ ਕਰ ਲਿਆ, ਉਹ ਕਰਕੇ ਦੇਣਗੇ ਐਕਸਰੇ, ਸਰਕਾਰ ਉਹਦਾ ਪੈਸਾ ਦੇਊਗੀ। ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ, ਉਹਨਾਂ ਨੂੰ SHO ਨੂੰ ਪਹਿਲੀ ਵਾਰ ਹੋਇਆ ਕਿ SHO ਨੂੰ ਨਵੀਆਂ ਗੱਡੀਆਂ ਮਿਲੀਆਂ, ਨਹੀਂ ਤਾਂ ਜਿਹੜੀਆਂ SHO ਕੋਲ ਗੱਡੀਆਂ ਆਉਂਦੀਆਂ ਧੱਕਾ ਸਟਾਰਟ ਹੁੰਦੀਆਂ, ਉਹ ਜਮ੍ਹਾਂ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ SHO ਕੋਲ ਆਉਂਦੀਆਂ ਸੀ, ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ SHO ਨੂੰ ਦਿਓ, ਜਿਨ੍ਹਾਂ ਨੇ ਚੇਜ਼ ਕਰਨਾ, ਜਿਨ੍ਹਾਂ ਨੇ ਸਮਗਲਰ ਫੜਨੇ ਨੇ, ਚਾਹੇ ਆਦਮਪੁਰ ਵਾਲੀ ਰੋਡ ਹੋਵੇ, ਚਾਹੇ ਆਦਮਪੁਰ ਵਾਲਾ ਓਵਰਬ੍ਰਿਜ ਹੋਵੇ, ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ, ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹੋਸਪਿਟਲ, ਅਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਅਤੇ ਪਾਰਕਾਂ ਦਾ ਪੈਸਾ ਹੋਵੇ। 283 ਕਰੋੜ ਰੁਪਈਆ ਜਾਰੀ ਕਰ ਚੁੱਕੇ, ਔਰ ਇੱਕ ਇੱਕ ਪੈਸੇ ਦਾ ਹਿਸਾਬ ਲੈਂਦੇ ਹਾਂ ਅਸੀਂ, ਇੱਦਾਂ ਨਹੀਂ ਕਿ 283 ਕਰੋੜ ਜਾਰੀ ਕਰਤਾ ਧੰਨਵਾਦ ਜੀ ਤਾੜੀਆਂ ਵੱਜ ਗਈਆਂ। ਨੋ, ਪੰਜਾਬੀ ਜਿਹੜੇ ਨੇ ਉਹ ਰੋਕਾਂ ਨਾਲ ਰੁਕਦੇ ਨਹੀਂ, ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆਪ ਬਣਾਉਂਦੇ ਨੇ। 829 ਆਮ ਆਦਮੀ ਕਲੀਨਿਕ ਹੋ ਗਏ, ਜਿਨ੍ਹਾਂ 'ਚ ਜਿਹੜੇ ਪਹਿਲਾਂ 664 ਸੀਗੇ ਉਹਨਾਂ 'ਚ ਕੁਛ ਦਿਨ ਪਹਿਲਾਂ ਤੱਕ 1 ਕਰੋੜ ਤੋਂ ਉੱਪਰ ਦੀ ਫੁੱਟਫਾਲ, 1 ਕਰੋੜ ਤੋਂ ਜ਼ਿਆਦਾ ਬੰਦਾ ਆ ਕੇ ਦਵਾਈਆਂ ਲੈ ਕੇ ਜਾਂ ਤਾਂ ਠੀਕ ਹੋ ਗਿਆ ਜਾਂ ਫਿਰ ਉਹਨੂੰ ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਪਈ। 80 ਤੋਂ ਵੱਧ ਕਿਸਮ ਦੀਆਂ ਦਵਾਈਆਂ ਇੱਥੇ ਪਈਆਂ ਨੇ, ਹੁਣੇ ਪੁੱਛ ਕੇ ਆਇਆ, ਡਾਕਟਰ ਚੈੱਕਅਪ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਦਵਾਈਆਂ ਦੀ ਲੋੜ ਹੈ, ਇੱਥੋਂ ਹੀ ਦਵਾਈਆਂ ਮਿਲਣਗੀਆਂ। ਇੱਕ ਪੇਸ਼ੈਂਟ ਉੱਥੇ ਬੈਠੇ ਸੀ, ਉਹ ਕਹਿੰਦੇ ਪਹਿਲਾਂ ਸਾਨੂੰ ਦਾਨਿਸ਼ਮੰਦਾ ਬਸਤੀ ਜਾਣਾ ਪੈਂਦਾ ਸੀ, ਹੁਣ ਸਾਡੇ ਘਰ ਦੇ ਨੇੜੇ ਖੁੱਲ੍ਹ ਗਿਆ। ਸੋ ਹਰ ਛੋਟੀ ਜਿਹੀ ਬਿਮਾਰੀ ਵਾਸਤੇ ਵੱਡੀਆਂ ਵੱਡੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ। ਉੱਥੇ ਦੇ ਜਿਹੜੇ ਵੱਡੇ ਡਾਕਟਰ ਨੇ ਸਿਵਲ ਹਸਪੀਟਲ ਦੇ ਜਾਂ ਡਿਸਪੈਂਸਰੀ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਟਾਈਮ ਮਿਲ ਜੂਗਾ ਮਰੀਜ਼, ਕਿਉਂਕਿ ਘੱਟ ਮਰੀਜ਼ ਆਉਣਗੇ ਤਾਂ ਇੱਕ ਮਰੀਜ਼ 'ਤੇ ਜ਼ਿਆਦਾ ਟਾਈਮ ਲਾ ਸਕਣਗੇ। ਖਰਾਬ ਮੌਸਮ ਦੇ ਬਾਵਜੂਦ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ 'ਚ ਸਵਾਗਤ ਕਰਦੇ ਹਾਂ ਕਿ ਉਹ ਆਪਣਾ ਇੱਕ ਛੋਟਾ ਜਿਹਾ ਬੀਜ ਜਿਹੜਾ ਉਹਨਾਂ ਨੇ ਬੀਜਿਆ ਸੀ ਦਿੱਲੀ ਦੇ ਵਿੱਚ, ਉਹ ਪੰਜਾਬ ਦੇ ਵਿੱਚ ਕਿਵੇਂ ਇੱਕ ਬੂਟਾ ਬਣ ਕੇ ਫਲ ਦੇ ਰਿਹਾ, ਛਾਂ ਦੇ ਰਿਹਾ। ਅਤੇ ਦਿੱਲੀ 'ਚ ਹਾਲਾਂਕਿ ਇਹਨਾਂ ਕੋਲ ਜਗ੍ਹਾ ਦੀ ਕਮੀ ਹੈ, ਪੋਰਟੇਬਲ ਬਣਾਉਣੇ ਪੈ ਰਹੇ ਨੇ, ਪਰ ਸਾਡੇ ਕੋਲ ਜਗ੍ਹਾ ਦੀ ਕੋਈ ਕਮੀ ਨਹੀਂ, ਅਤੇ ਅਸੀਂ ਸ਼ਾਨਦਾਰ ਜਿਹੜੇ ਆਮ ਆਦਮੀ ਕਲੀਨਿਕ ਬਣਾ ਰਹੇ ਹਾਂ। ਨਾਲ ਦੀ ਨਾਲ ਹਸਪਤਾਲ ਵੀ ਅਪਡੇਟ ਹੋ ਰਹੇ, ਔਰ ਸਰ 26 ਜਨਵਰੀ ਤੋਂ ਇਹ ਅਨਾਊਂਸਮੈਂਟ ਤੁਹਾਡੀ ਜਿਵੇਂ ਡਾਇਰੈਕਸ਼ਨ ਹੋਈ ਸੀ ਕਿ ਤੁਸੀਂ ਦਿੱਲੀ ਦੇ ਵਿੱਚ ਕੀਤਾ ਹੋਇਆ,
ਕੋਈ ਵੀ ਦਵਾਈ ਪੰਜਾਬ ਦੇ ਵਿੱਚ SMOs CMOs ਨੂੰ ਲਿਖਤਾ ਆਰਡਰ ਦੇਤੇ ਕਿ ਤਹਿਸੀਲ ਹਸਪਤਾਲ ਹੋਵੇ ਚਾਹੇ ਸਿਵਲ ਹਸਪਤਾਲ ਹੋਵੇ, ਕੋਈ ਵੀ ਦਵਾਈ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਡਾਕਟਰ ਬਾਹਰੋਂ ਲਿਖੂਗਾ ਕਿ ਬਾਹਰੋਂ ਲੈ ਕੇ ਆ। ਜੇ ਉਹ ਦਵਾਈ ਬਾਹਰੋਂ ਲੈ ਕੇ ਆਉਣੀ ਪੈ ਰਹੀ ਹੈ ਹਸਪੀਟਲ 'ਚ ਹੈ ਨਹੀਂ ਸਟੋਰ 'ਚ, ਤਾਂ ਡਾਕਟਰ ਲੈ ਕੇ ਆਊਗਾ, ਮਰੀਜ਼ ਨਹੀਂ ਜਾਊਗਾ ਬਾਹਰ। ਉੱਥੇ ਹੀ ਐਕਸਰੇ, ਉੱਥੇ ਹੀ ਅਲਟਰਾਸਾਊਂਡ ਦੀਆਂ ਮਸ਼ੀਨਾਂ ਲੱਗੀਆਂ। ਜੇ ਕਿਸੇ ਹਸਪੀਟਲ 'ਚ ਐਕਸਰੇ ਨਹੀਂ ਹੈਗੀ ਮਸ਼ੀਨ ਜਾਂ ਅਲਟਰਾਸਾਊਂਡ ਦੀ, ਤਾਂ ਅਸੀਂ ਪ੍ਰਾਈਵੇਟ ਕਲੀਨਿਕ ਜਿਹੜੇ ਨੇ ਉਹਨਾਂ ਨਾਲ ਟਾਈਅਪ ਕਰ ਲਿਆ, ਉਹ ਕਰਕੇ ਦੇਣਗੇ ਐਕਸਰੇ, ਸਰਕਾਰ ਉਹਦਾ ਪੈਸਾ ਦੇਊਗੀ, ਲੇਕਿਨ ਪੇਸ਼ੈਂਟ ਦਾ ਕੋਈ ਪੈਸਾ ਨਹੀਂ ਲੱਗੂਗਾ। ਸੋ ਹੈਲਥ ਦੇ ਮਾਮਲੇ ਜੋ ਕ੍ਰਾਂਤੀ ਰਾਮਲੀਲਾ ਗਰਾਊਂਡ 'ਚੋਂ ਸ਼ੁਰੂ ਹੋਈ ਸੀ, ਉਹ ਅੱਜ ਜਲੰਧਰ ਦੇ ਇਹ ਛੋਟੇ ਛੋਟੇ ਕਸਬਿਆਂ 'ਚ ਅਤੇ ਬਸਤੀਆਂ 'ਚ ਪਹੁੰਚ ਗਈ। ਆਉਣ ਵਾਲੇ ਦਿਨਾਂ 'ਚ ਹੋਰ ਵੀ ਬਣਦੇ ਰਹਿਣਗੇ, ਕਿਉਂਕਿ ਇਹ ਤਾਂ ਸਿਲਸਿਲਾ ਨਿਰੰਤਰ ਚਾਲੂ ਰਹੂਗਾ, ਜਾਰੀ ਰਹੂਗਾ। ਅਤੇ ਨਾਲ ਨਾਲ ਜਲੰਧਰ ਦੇ ਲੋਕ ਜਿਨ੍ਹਾਂ ਨੇ ਸਾਡੇ 'ਤੇ ਯਕੀਨ ਕੀਤਾ, ਹਜੇ ਇੱਕ ਸਾਲ ਵੀ ਨਹੀਂ ਹੋਇਆ ਜਦੋਂ ਬਾਈ ਇਲੈਕਸ਼ਨ ਸੀ, ਤਾਂ ਅਸੀਂ ਵਾਅਦਾ ਕੀਤਾ ਸੀ ਕਿ ਇੱਕ ਮੌਕਾ ਦੇ ਕੇ ਦੇਖੋ, ਔਰ ਉਹ ਵੀ ਇੱਕ ਸਾਲ ਤੋਂ ਘੱਟ ਸਮੇਂ ਲਈ, ਤਾਂ ਅਸੀਂ ਤੁਹਾਨੂੰ ਇੱਕ ਸਾਲ ਤੋਂ ਘੱਟ ਸਮੇਂ 'ਚ ਇੰਨਾ ਕੁਛ ਕਰਕੇ ਦਿਖਾ ਦਾਂਗੇ, ਅਗਲੀ ਵਾਰ ਹੱਥ ਬੰਨ ਕੇ ਫੋਟੋ ਨਹੀਂ ਖਿਚਾਉਣੀ ਪਊਗੀ। ਸੋ ਚਾਹੇ ਆਦਮਪੁਰ ਵਾਲੀ ਰੋਡ ਹੋਵੇ, ਚਾਹੇ ਆਦਮਪੁਰ ਵਾਲਾ ਓਵਰਬ੍ਰਿਜ ਹੋਵੇ, ਚਾਹੇ ਜੰਡਿਆਲੇ ਵਾਲੀ ਰੋਡ ਹੋਵੇ ਬੜਾ ਪਿੰਡ ਤੱਕ, ਚਾਹੇ ਨਕੋਦਰ ਦੇ ਵਿੱਚ ਜੱਚਾ ਬੱਚਾ ਹੋਸਪਿਟਲ, ਅਤੇ ਚਾਹੇ ਇੱਥੋਂ ਦੇ ਜਲੰਧਰ ਸ਼ਹਿਰ ਦੇ ਸੀਵਰੇਜ ਅਤੇ ਪਾਰਕਾਂ ਦਾ ਪੈਸਾ ਹੋਵੇ। 283 ਕਰੋੜ ਰੁਪਈਆ ਜਾਰੀ ਕਰ ਚੁੱਕੇ, ਔਰ ਇੱਕ ਇੱਕ ਪੈਸੇ ਦਾ ਹਿਸਾਬ ਲੈਂਦੇ ਹਾਂ ਅਸੀਂ। ਇੱਦਾਂ ਨਹੀਂ ਕਿ 283 ਕਰੋੜ ਜਾਰੀ ਕਰਤਾ, ਧੰਨਵਾਦ ਜੀ, ਤਾੜੀਆਂ ਵੱਜ ਗਈਆਂ, ਨੋ। ਅਸੀਂ ਹਰ ਰੋਜ਼ ਅਫਸਰਾਂ ਤੋਂ ਫੀਡਬੈਕ ਲੈਂਦੇ ਹਾਂ, ਅੱਜ ਕੀ ਹੋਇਆ, ਅੱਜ ਕੀ ਬਣ ਗਿਆ, ਕੁਆਲਿਟੀ ਕਿਹੜੀ ਹੈ। ਕੁਆਲਿਟੀ ਤਾਂ ਨਹੀਂ ਮਾੜੀ, ਕਿਉਂਕਿ ਜਲੰਧਰ ਮੀਡੀਆ ਰਾਜਧਾਨੀ ਹੈ, ਇੱਥੋਂ ਇੱਥੇ ਕੁਛ ਕੋਈ ਗੱਲ ਲੁਕਦੀ ਨਹੀਂ, ਇੱਥੇ ਕੋਈ ਗੱਲ ਛੁੱਪ ਨਹੀਂ ਸਕਦੀ ਕਿ ਕੋਈ ਘਪਲਾ ਕਰ ਗਿਆ ਜਾਂ ਕੋਈ ਅੰਡਰ ਦਾ ਟੇਬਲ, ਕਿਉਂਕਿ ਮੀਡੀਆ ਦੀ ਅੱਖ ਜਿਹੜੀ ਆ, ਆਵਾਜ਼ ਅੱਖ ਇੱਥੇ ਜਲੰਧਰ ਦੇ ਵਿੱਚ ਰਹਿੰਦੀ ਹੈ। ਸੋ ਅਸੀਂ ਖੁਸ਼ ਹਾਂ ਇਸ ਗੱਲ ਤੋਂ। ਸਾਡੇ ਰਾਜ ਸਭਾ ਦੇ MP ਇੱਥੋਂ ਨੇ ਦੋ, ਹਰਭਜਨ ਸਿੰਘ ਜੀ ਮਿੱਤਲ ਸਾਹਿਬ, ਅਤੇ ਤੀਜੇ ਨਾਲ ਜਲੰਧਰ ਤੋਂ ਇਲਾਵਾ ਉਹਨਾਂ ਨੂੰ ਸੀਚੇਵਾਲ ਸਾਹਿਬ, ਅਤੇ ਚੌਥੇ ਸਾਡੇ ਸੁਸ਼ੀਲ ਰਿੰਕੂ ਜੀ, 4 MP ਇੱਕੋ ਲਗਭਗ ਇੱਕੋ ਸ਼ਹਿਰ ਦੇ ਨੇ। ਤਾਂ ਜਿੰਨਾ ਵੀ ਪੈਸਾ ਉੱਥੋਂ ਆਉਂਦਾ, 5 ਕਰੋੜ ਰੁਪਏ ਪਰ ਈਅਰ, ਉਹ ਵੀ ਇੱਥੇ ਲੱਗਦਾ। ਸਾਡੇ ਸਾਰੇ MLA ਸਾਹਿਬਾਨ ਜਿੰਨੇ ਵੀ ਜਲੰਧਰ ਸ਼ਹਿਰ ਦੇ ਜਾਂ ਆਲੇ ਦੁਆਲੇ ਦੇ ਨੇ, ਅਤੇ ਉਹਨਾਂ ਦਾ ਵੀ ਜਿੰਨਾ ਪੈਸਾ ਆਊਗਾ ਉਹ ਪੈਸਾ ਪਬਲਿਕ 'ਤੇ ਲੱਗਦਾ। ਹੁਣ ਬਸ ਇੱਕੋ ਹੀ ਰਿਕੁਐਸਟ ਕਰਨ ਆਇਆ ਸੀ ਕਿ ਜੇ 13-0 ਹੋ ਗਿਆ ਇਸ ਵਾਰ, ਅਤੇ ਇਸ ਵਾਰ 10 ਸਾਡੇ ਪਹਿਲਾਂ ਹੀ ਨੇ ਜਿਹੜਾ ਰਾਜ ਸਭਾ 'ਚ, ਅਤੇ ਦਿੱਲੀ ਤੋਂ ਆ ਜਾਣਗੇ, ਹਰਿਆਣੇ ਤੋਂ, ਗੁਜਰਾਤ ਤੋਂ, ਤਾਂ ਜੇ ਸਾਡੇ ਉੱਥੇ 20-25 ਉੱਥੇ ਸਾਡੇ ਬੰਦੇ ਹੋਏ, ਅਤੇ 10 ਰਾਜ ਸਭਾ ਵਾਲੇ ਵਿੱਚ ਮਿਕਸ ਕਰਕੇ, ਤਾਂ ਕੋਈ ਵੀ ਇਹੋ ਜਿਹਾ ਪੈਸਾ, ਇੱਕ ਪੈਸਾ ਕਿਸੇ ਸਕੀਮ ਦਾ ਨਹੀਂ ਹੋਊਗਾ ਜਿਹੜਾ ਸੈਂਟਰ ਸਰਕਾਰ ਬਾਇਸਡ ਹੋ ਕੇ ਰੋਕ ਸਕੇ। ਕਿਉਂਕਿ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਾਰਲੀਮੈਂਟ 'ਚ ਕਿ ਜਦੋਂ ਇੰਨੇ ਬੰਦੇ ਬੋਲਣ ਇਕੱਠੇ ਲਗਾਤਾਰ, ਤਾਂ ਸਰਕਾਰ 'ਤੇ ਦਬਾਅ ਪੈਂਦਾ। ਇਸ ਗੱਲ ਦੀ ਗਰੰਟੀ ਅਸੀਂ ਲੈਂਦੇ ਹਾਂ, ਇੱਕ ਇੱਕ ਪੈਸਾ, ਚਾਹੇ NHM ਦਾ 800 ਕਰੋੜ ਰੁਪਇਆ ਰੋਕਿਆ ਹੋਇਆ, RDF ਦਾ 5500 ਕਰੋੜ ਰੁਪਇਆ ਰੋਕਿਆ ਹੋਇਆ, ਸਾਡਾ ਟੋਟਲ 8000 ਕਰੋੜ ਦੇ ਨੇੜੇ ਤੇੜੇ ਪੈਸਾ ਰੋਕਿਆ ਹੋਇਆ, ਪਰ ਫਿਰ ਵੀ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਹਿੰਦੇ। ਆਉਣ ਵਾਲੇ ਦਿਨਾਂ 'ਚ ਬਜਟ ਆਊਗਾ, ਤੁਸੀਂ ਦੇਖੋਗੇ ਕਿ ਸ਼ਾਨਦਾਰ ਬਜਟ ਪੇਸ਼ ਕਰਾਂਗੇ, ਕਿਉਂਕਿ ਅਸੀਂ 2 ਸਾਲ ਦੇ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ। ਸਾਡੀ ਪਾਰਟੀ ਦਾ, ਸਾਡੇ ਸੁਪਰੀਮੋ ਦਾ, ਅਰਵਿੰਦ ਕੇਜਰੀਵਾਲ ਜੀ ਦਾ ਇਹੀ ਕਹਿਣਾ ਕਿ ਪਾਰਦਰਸ਼ਤਾ ਨਾਲ ਕੰਮ ਕਰੋ। 3 ਕੰਮ ਕਹਿ ਕੇ 4 ਕਰੋਗੇ ਲੋਕ ਸ਼ਾਬਾਸ਼ੀ ਦੇਣਗੇ, ਵੱਧ ਕਰਤੇ, 4 ਕਹਿ ਕੇ 3 ਕਰੋਗੇ ਲੋਕ ਕਹਿਣਗੇ ਕਮੀ ਰਹਿ ਗਈ। ਸੋ ਇਸ ਕਰਕੇ ਉਹ ਗੱਲ ਅਸੀਂ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ।
ਔਰ ਜਿਹੜੀ ਕਰ ਸਕਦੇ ਹਾਂ ਉਹਨੂੰ ਕਹਿੰਦੇ ਹਾਂ, ਅਤੇ ਉਹੀ ਕਹਿੰਦੇ ਹਾਂ ਜਿਹੜੀ ਕਰ ਸਕਦੇ ਹਾਂ। ਸੋ ਇਸ ਕਰਕੇ ਅੱਜ ਆਮ ਆਦਮੀ ਕਲੀਨਿਕ ਦਾ ਉਦਘਾਟਨ ਹੋਇਆ, ਸ਼ਾਨਦਾਰ। ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਗਲੀਆਂ 'ਚ ਹਰ ਮੈਂ ਅਸੀਂ ਚਾਹੁੰਦੇ ਹਾਂ ਕਿ ਘਰੋਂ ਨਿਕਲੋ ਖੱਬੇ ਪਾਸੇ 50 ਮੀਟਰ 'ਤੇ ਜਾਂ 100 ਮੀਟਰ 'ਤੇ ਜਾਂ ਸੱਜੇ ਪਾਸੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੋਸਪਿਟਲ ਹੋਵੇ ਜਿੱਥੇ ਜਾ ਕੇ ਤੁਸੀਂ ਦਵਾਈਆਂ ਲੈ ਕੇ, ਜੇ ਕੋਈ ਟੈਸਟ ਵੀ ਕਰਾਉਣੇ ਨੇ ਬਲੱਡ ਟੈਸਟ ਇੱਥੇ ਹੋਊਗਾ, ਲੈਬੋਰਟਰੀ 'ਚੋਂ ਰਿਪੋਰਟ ਆਊਗੀ, ਅਗਲੇ ਦਿਨ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਊਗਾ। ਅਤੇ ਨਾਲ ਦੀ ਨਾਲ ਇੱਕ ਫਾਇਦਾ ਸੀਐਮ ਸਾਹਿਬ ਇਹ ਵੀ ਹੋ ਰਿਹਾ ਸਾਨੂੰ ਕਿ ਸਾਰੇ ਕੋਲ ਪੰਜਾਬ ਦਾ, ਸਾਰੇ ਪੰਜਾਬ ਦਾ ਡਾਟਾ ਆ ਰਿਹਾ ਹੈਲਥ ਦਾ ਕਿ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ, ਹੈਪੇਟਾਈਟਿਸ ਸੀ ਦੇ ਕਿੰਨੇ ਮਰੀਜ਼ ਆ ਰਹੇ ਨੇ, ਕਿਹੜੇ ਇਲਾਕੇ 'ਚ ਆ ਰਹੇ ਨੇ, ਹਾਈਪਰਟੈਂਸ਼ਨ ਦੇ ਕਿੰਨੇ ਆ ਰਹੇ ਨੇ, ਬਲੱਡ ਸ਼ੂਗਰ ਦੇ ਕਿੰਨੇ ਆ ਰਹੇ ਨੇ, ਬੱਚਿਆਂ 'ਚ ਕਿਹੜੀ ਬਿਮਾਰੀ ਜ਼ਿਆਦਾ, ਕਿਹੜੇ ਇਲਾਕੇ 'ਚ ਜ਼ਿਆਦਾ, ਤਾਂ ਅਸੀਂ ਉਹਦੇ ਨਾਲ ਕੀ ਹੁੰਦਾ ਕਿ ਅਸੀਂ ਉਸ ਇਲਾਕੇ 'ਚ ਸਪੈਸ਼ਲਿਸਟ ਡਾਕਟਰ ਜਾਂ ਹੋਸਪਿਟਲ ਬਾਰੇ ਵੀ ਸੋਚ ਸਕਦੇ ਹਾਂ ਕਿ ਇਸ ਇਲਾਕੇ 'ਚ ਬਿਮਾਰੀ ਜ਼ਿਆਦਾ ਹੈ। ਜਿਵੇਂ ਫਾਜ਼ਿਲਕਾ ਦਾ ਏਰੀਆ, ਉੱਥੇ ਪਾਣੀ ਦਾ ਜਿਹੜਾ ਪ੍ਰੋਬਲਮ ਹੈ, ਹੈਵੀ ਮੈਟਲਸ ਨੇ ਪਾਣੀ ਦੇ ਵਿੱਚ, ਆਰਸੈਨਿਕ ਨੇ, ਉੱਥੇ ਬੱਚਿਆਂ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਨੇ। ਮੈਂ ਜਦੋਂ ਕਲਾਕਾਰ ਦੇ ਤੌਰ 'ਤੇ ਵੀ ਸੀ, ਮੈਂ ਰਾਜਨੀਤੀ ਸੀ, ਮੈਂ ਉਦੋਂ ਵੀ ਗਿਆ ਸੀ, ਦੋਨਾਂ ਨਾਨਕਾ, ਤੇਜਾ, ਰੇਲਾ, ਝੰਗੜ, ਭੈਣੀ, ਮਹਾਤਮ ਨਗਰ, ਉਹ ਪਿੰਡ ਨੇ, ਉੱਥੇ ਜੰਮਦੇ ਬੱਚਿਆਂ ਦੇ ਲਗਭਗ ਸਫੈਦ ਬਾਲ ਹੋ ਜਾਂਦੇ ਨੇ, ਉੱਥੇ ਲੂਲੇ ਲੰਗੜੇ ਬੱਚੇ ਪੈਦਾ ਹੋਣ ਲੱਗ ਗਏ, ਉੱਥੇ ਚਾਈਲਡਲੈਸ ਕਪਲ ਦੀ ਗਿਣਤੀ ਬਹੁਤ ਵੱਧ ਗਈ, ਪਾਣੀ ਬਹੁਤ ਜ਼ਿਆਦਾ ਖਰਾਬ ਹੈ। ਸੋ ਅਸੀਂ ਉੱਥੇ ਪਾਣੀ ਦਾ ਵੀ ਹੱਲ ਕਰ ਰਹੇ ਹਾਂ, ਪਹਿਲਾਂ ਜੜ੍ਹ ਖਤਮ ਕਰ ਰਹੇ ਹਾਂ, ਜਿਹਦੇ ਕਰਕੇ ਨਾਲ ਨਾਲ ਉੱਥੇ ਹੋਸਪਿਟਲ ਵੀ ਉਸ ਤਰ੍ਹਾਂ ਦੇ ਅਸੀਂ ਖੋਲ੍ਹਾਂਗੇ, ਤਾਂ ਕਿ ਕੋਈ ਵੀ ਪੰਜਾਬ ਦਾ ਇਲਾਕਾ ਇਹ ਨਾ ਸਮਝੇ ਮੈਂ ਟੇਲ 'ਤੇ ਹਾਂ ਜਾਂ ਮੈਂ ਬੈਕਵਰਡ ਹਾਂ ਜਾਂ ਮੈਂ ਪਛੜਿਆ ਹੋਇਆ। ਸੋ ਹੈਲਥ, ਐਜੂਕੇਸ਼ਨ, ਬਿਜਲੀ, ਅਤੇ ਕੱਲ੍ਹ ਨੂੰ ਇੱਕ ਸ਼ਾਨਦਾਰ ਹੋਰ ਸ਼ੁਰੂਆਤ ਹੋ ਰਹੀ ਹੈ, ਕੱਲ੍ਹ ਨੂੰ ਸਾਡੇ ਸਕੂਲ ਆਫ ਐਮੀਨੈਂਸ ਵੀ ਸਾਨੂੰ ਜਿਹੜੇ ਨੇ ਉਹ ਕੱਲ੍ਹ ਨੂੰ ਸਕੂਲ ਆਫ ਐਮੀਨੈਂਸ ਦਾ ਵੀ ਉਦਘਾਟਨ ਹੈ ਲੁਧਿਆਣੇ 'ਚ, ਇੰਦਰਾਪੁਰੀ 'ਚ, ਬਿਲਕੁਲ ਗਰੀਬ ਬਸਤੀ ਹੈ ਇੰਦਰਾਪੁਰੀ, ਉੱਥੇ ਉਦਘਾਟਨ ਹੋ ਰਿਹਾ, ਔਰ ਪੰਜਾਬ ਦਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਪ੍ਰਾਈਵੇਟ 'ਚ ਵੀ ਨਹੀਂ ਸ਼ਾਇਦ ਇੱਦਾਂ ਦਾ ਹੋਣਾ ਕਿ ਜਿਹਦੇ ਵਿੱਚ ਸਵਿਮਿੰਗ ਪੂਲ ਹੈ, ਔਰ ਸਵਿਮਿੰਗ ਪੂਲ ਇਕੱਲਾ ਨਹਾਉਣ ਵਾਸਤੇ ਜਾਂ ਫਨ ਵਾਸਤੇ ਨਹੀਂ, ਉਹ ਸਵਿਮਿੰਗ ਦੀਆਂ ਕਲਾਸਾਂ ਲਾਉਣ ਵਾਸਤੇ ਉਹ 'ਚ ਲੇਨਸ ਬਣਾਈਆਂ ਗਈਆਂ ਨੇ। ਸੋ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਤਰੱਕੀ ਦੇ ਕੰਮ ਹੋਣਗੇ, ਉਹ ਤਾਂ ਹੋਣਗੇ ਜੇ ਪਬਲਿਕ ਸਾਡੇ 'ਤੇ ਵਿਸ਼ਵਾਸ ਕਰ ਰਹੀ ਹੈ, ਅਸੀਂ ਤਾਂ ਕਰ ਰਹੇ ਹਾਂ, ਸਾਨੂੰ ਵੀ ਹੌਸਲਾ ਉਦੋਂ ਹੀ ਹੁੰਦਾ ਜਦੋਂ ਲੋਕ ਸਾਡੇ 'ਤੇ ਵਿਸ਼ਵਾਸ ਕਰ ਰਹੇ ਨੇ, ਔਰ ਜਿਸ ਤਰੀਕੇ ਦਾ ਪਿਆਰ ਮਿਲ ਰਿਹਾ ਆਉਣ ਵਾਲੇ ਦਿਨਾਂ 'ਚ ਵੀ, ਜਿਸ ਤਰੀਕੇ ਦਾ ਲੋਕ ਕਹਿ ਰਹੇ ਨੇ ਕਿ ਭਰਤੀਆਂ ਹੋ ਰਹੇ ਨੇ, ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ, ਹਰ ਰੋਜ਼ ਕੋਈ ਨਾ ਕੋਈ ਖੁਸ਼ੀ ਦਾ ਸਮਾਗਮ ਹੁੰਦਾ, ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ, ਉਹਨਾਂ ਨੂੰ SHO ਨੂੰ ਪਹਿਲੀ ਵਾਰ ਹੋਇਆ ਕਿ SHO ਨੂੰ ਨਵੀਆਂ ਗੱਡੀਆਂ ਮਿਲੀਆਂ, ਨਹੀਂ ਤਾਂ ਜਿਹੜੀਆਂ SHO ਕੋਲ ਗੱਡੀਆਂ ਆਉਂਦੀਆਂ ਧੱਕਾ ਸਟਾਰਟ ਹੁੰਦੀਆਂ, ਉਹ ਜਮਾਂ ਬਿਲਕੁਲ ਜਦੋਂ ਖਟਾਰਾ ਹੋ ਜਾਂਦੀਆਂ ਸੀ ਉਦੋਂ SHO ਕੋਲ ਆਉਂਦੀਆਂ ਸੀ, ਪਰ ਅਸੀਂ ਥੱਲੋਂ ਸ਼ੁਰੂ ਕੀਤਾ ਕਿ ਨਵੀਆਂ ਗੱਡੀਆਂ ਪਹਿਲਾਂ SHO ਨੂੰ ਦਿਓ, ਜਿਨ੍ਹਾਂ ਨੇ ਚੇਜ਼ ਕਰਨਾ, ਜਿਨ੍ਹਾਂ ਨੇ ਸਮਗਲਰ ਫੜਨੇ ਨੇ, ਜਿਨ੍ਹਾਂ ਨੇ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਦਾ ਪਿੱਛਾ ਕਰਨਾ। ਸੋ ਬਹੁਤ ਹੀ ਵਿਜ਼ਨ ਨਾਲ ਚੱਲ ਰਹੇ ਹਾਂ, ਔਰ ਵਿਜ਼ਨ ਵੀ ਦਿੱਲੀ ਅਤੇ ਪੰਜਾਬ ਦਾ ਵਿਜ਼ਨ ਇਕੱਠਾ ਕਰ ਮਿਲਾ ਕੇ ਚੱਲਦੇ ਹਾਂ ਅਸੀਂ, ਦਿੱਲੀ ਨਾਲ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੈ, ਜੋ ਦਿੱਲੀ ਨੇ ਨੌਲੇਜ ਲਈ, ਜੋ ਦਿੱਲੀ ਨੇ ਤਜਰਬਾ ਕੀਤਾ, ਜੇ ਮਾੜਾ ਤਜਰਬਾ ਹੋਇਆ ਤਾਂ ਦਿੱਲੀ ਕਹਿੰਦੀ ਕਿ ਓਕੇ ਇੱਥੇ ਮਾੜਾ ਹੋ ਗਿਆ, ਪੰਜਾਬ 'ਚ ਨਾ ਹੋਵੇ, ਸੋ ਅਸੀਂ ਉਸ ਤੋਂ ਵੀ ਬੈਟਰ ਜ਼ਿਆਦਾ ਕਰਦੇ ਹਾਂ। ਫਿਰ ਪਿਛਲੇ ਦਿਨ ਹੀ ਵੇਰਕਾ ਦਾ ਵੀ ਹੋਇਆ, ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗਿਆਂ ਕਿ ਵੇਰਕਾ ਜਿਹੜਾ ਸਾਡਾ ਦੁੱਧ ਹੈ ਜਾਂ ਵੇਰਕਾ ਦਾ ਘਿਓ, ਵੇਰਕਾ ਦੀਆਂ ਪਿੰਨੀਆਂ, ਵੇਰਕਾ ਦੀ ਖੀਰ, ਵੇਰਕਾ ਦਾ ਪਨੀਰ, ਹੁਣ ਦਿੱਲੀ ਦੇ ਵਿੱਚ 125 ਤੋਂ ਵੱਧ ਵੇਰਕਾ ਦੇ ਜਿਹੜੇ ਉਹ ਖੁੱਲ੍ਹਣਗੇ, ਜਿਹੜੇ ਵੇਰਕਾ ਦੇ ਜਿਹੜੇ ਬੂਥ ਜਿਹੜੇ ਨੇ ਉਹ ਖੁੱਲ੍ਹਣਗੇ, ਔਰ ਨਾਭਾ ਹਾਊਸ ਦੇ ਵਿੱਚ ਅਸੀਂ ਹੈੱਡ ਆਫਿਸ ਬਣਾਤਾ, ਔਰ ਦਿੱਲੀ ਸਰਕਾਰ ਨੇ MCD, ਕਿਉਂਕਿ ਦਿੱਲੀ ਆਮ ਆਦਮੀ ਪਾਰਟੀ ਕੋਲ ਹੀ ਹੈ, MCD ਨੇ ਇਹ ਲਿਖਤੀ ਰੂਪ ਦੇ ਵਿੱਚ
ਇਹ ਇਜਾਜ਼ਤ ਦੇਤੀ ਕਿ ਤੁਸੀਂ 125-150 ਜਿੰਨੇ ਵੀ ਤੁਸੀਂ ਕਰਨਾ ਚਾਹੁੰਦੇ ਹੋ, ਪੰਜਾਬ ਦਾ ਦੁੱਧ ਜਿਹੜਾ ਉਹ ਦਿੱਲੀ ਦੇ ਚਾਹ ਦੇ ਕੱਪਾਂ ਦੇ ਵਿੱਚ, ਔਰ ਪੰਜਾਬ ਦਾ ਦੁੱਧ ਜਿਹੜਾ ਉਹ ਪੰਜਾਬ ਦੀਆਂ ਪਿੰਨੀਆਂ, ਪੰਜਾਬ ਦਾ ਖੋਆ, ਪੰਜਾਬ ਦਾ ਪਨੀਰ ਉਹ ਦਿੱਲੀ ਦੇ ਵਿਆਹਾਂ ਸ਼ਾਦੀਆਂ ਸਮਾਗਮਾਂ 'ਚ ਸ਼ਾਮਿਲ ਹੋਊਗਾ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ, ਜਦੋਂ ਅਰਵਿੰਦ ਕੇਜਰੀਵਾਲ ਜੀ ਜਿਹਨੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਇਸ ਵਕਤ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਦੇਸ਼ ਦੇ ਵਿੱਚ, ਕਿ ਜੋ ਨਵਾਂ ਕਰਨਾ ਹੈ, ਬਹੁਤ ਸਾਰੀਆਂ ਪਾਰਟੀਆਂ ਨੇ ਇਹਨਾਂ ਕਰਕੇ ਏਜੰਡੇ ਬਦਲਤੇ, ਆਪਣੇ ਮੈਨੀਫੈਸਟੋ ਬਦਲਤੇ, ਉਹ ਹਸਪਤਾਲਾਂ ਦੀ ਅਤੇ ਸਕੂਲਾਂ ਦੀ ਗੱਲ ਕਰਨ ਲੱਗ ਗਏ, ਪਹਿਲਾਂ ਨਹੀਂ ਕਰਦੇ ਸੀ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਸਾਡੀਆਂ ਗਰੰਟੀਆਂ ਨੇ, ਪਹਿਲਾਂ ਉਹਨਾਂ ਦਾ ਸੰਕਲਪ ਪੱਤਰ ਹੁੰਦਾ ਸੀ, ਘੋਸ਼ਣਾ ਪੱਤਰ ਹੁੰਦਾ ਸੀ, ਹੁਣ ਉਹ ਵੀ ਕਹਿਣ ਲੱਗ ਗਏ ਮੋਦੀ ਕੀ ਗਰੰਟੀ। ਅਸੀਂ ਕਿਹਾ ਚਲੋ ਕੋਈ ਗੱਲ ਨਹੀਂ, ਸਾਡੇ ਤੋਂ ਸਿੱਖ ਲਓ, ਪਰ ਸਿੱਖ ਤਾਂ ਲਓ ਕੋਈ ਚੱਜ ਦੀ ਗੱਲ, ਕੋਈ ਕੰਮ ਤਾਂ ਕਰ ਦਿਓ। ਜਦੋਂ ਵੱਜਣ ਲੱਗ ਗਈਆਂ ਖਤਰੇ ਦੀਆਂ ਘੰਟੀਆਂ, ਉਦੋਂ ਮੋਦੀ ਨੂੰ ਯਾਦ ਆ ਗਈਆਂ ਕੇਜਰੀਵਾਲ ਦੀਆਂ ਗਰੰਟੀਆਂ।